ਚਲੋ ਸਰ ਸਰ ਬਹੁਤ ਸ਼ੁਕਰੀਆ ਜੀ ਭਾਈ। ਅੱਛਾ ਭੈਣ ਇਹ ਦੱਸੋ, ਹਾਂਜੀ, ਇੱਕ ਜੇਲ੍ਹ ਆ, ਹਾਂਜੀ, ਉਹਦੇ ਅੰਦਰ ਇੱਕ ਕੈਦੀ ਆ, ਹਾਂਜੀ, 15 ਦਿਨ ਤੋਂ ਭੁੱਖਾ, ਅੱਛਾ, ਠੀਕ ਹੈ, ਹਾਂਜੀ, 2 ਦਿਨ ਬਾਅਦ ਉਹਨੇ ਮਰ ਜਾਣਾ, ਅੱਛਾ, ਜਲਦੀ ਬੋਲੋ ਨਾ ਤੁਸੀਂ, ਤਾਂ ਸਲੋ ਸਲੋ ਸੋ ਸੋ ਬੋਲਣ ਦੇ, ਚੱਲ ਲਵਾਣਾ ਹੁਣ। ਅੱਛਾ ਉਹਨਾਂ ਨੂੰ ਉਹਨਾਂ ਜੇਲਰ ਇੱਕ ਬੇਲਚਾ ਦਿੰਦਾ, ਕਹਿੰਦਾ ਵੀ ਆ ਲੈ ਫੜ ਬੇਲਚਾ। ਯਾਰ ਤੁਰ ਪਵੋ, ਕੀ ਗੱਲ ਆ, ਮੈਂ ਤੁਹਾਡੀ ਗੱਲ ਸੁਣਾਂਗਾ ਤੁਰਾ। ਯਾਰ ਤੂੰ ਸੁਣ ਕੇ ਸੁਣਦਿਆਂ ਕੰਨ ਬੰਦ ਹੋ ਜਾਂਦੇ ਤੁਹਾਡੇ। ਚਲੋ ਬੋਲੀ ਜਾਓ। ਭਾਣੇ ਦੱਸੋ ਵੀ ਉਹ ਉਹਨੂੰ ਬੇਲਚਾ ਫੜਾਉਂਦਾ ਜੇਲਰ, ਕਹਿੰਦਾ ਵੀ ਆ ਲੈ ਤੂੰ ਨਾ 2 ਦਿਨ ਦੇ ਅੰਦਰ ਅੰਦਰ ਇੱਕ ਜੇ ਬਾਹਰ ਨਿਕਲ ਗਿਆ ਨਾ ਜੇਲ੍ਹ ਚੋਂ ਤੈਨੂੰ ਮਾਫੀ ਆ। ਇੱਕ ਬੰਦੇ ਦੀ ਮੌਤ ਹੋ ਰਹੀ, ਤੁਹਾਡੇ ਦੰਦ ਨਿਕਲਣ ਦੇ, ਹੋਣ ਦਿਓ, ਉਹਨੇ ਕੋਈ ਗਲਤ ਕੰਮ ਕੀਤਾ ਹੋਣਾ। ਯਾਰ ਬਹੁਤ ਸ਼ੁਕਰੀਆ, ਥੈਂਕ ਯੂ, ਬਹੁਤ ਸ਼ੁਕਰੀਆ। ਓ ਭਾਈ, ਓ ਹੈਲੋ, ਪਾਕਿਸਤਾਨ ਦਾ ਕਿਹੜਾ ਨਕਸ਼ਾ ਵਾ ਜਿਹੜਾ ਇੰਡੀਆ ਦੇ ਸ਼ਹਿਰ ਦੇ ਵਿੱਚ ਵੀ ਆ? ਪਾ ਤੈਨੂੰ ਚੱਕਰ ਆਉਣ ਡੇ ਆ। ਕਿੰਨੇ ਕਿਹੜਾ ਸਵਾਲ ਆ ਜਿਹੜਾ ਮੈਂ ਜਿੰਨੀ ਵਾਰੀ ਵੀ ਕਰਾਂਗਾ ਨਾ ਤੂੰ ਇੰਡੀਆ ਦੇ ਨਕਸ਼ੇ 'ਚ ਆਏਗਾ? ਨਹੀਂ, ਤੈਨੂੰ ਕੋਈ ਤੈਨੂੰ ਕੋਈ ਪਤਾ ਕਿਸੇ ਗੱਲ ਦਾ? ਕਿਹੜੀ ਗੱਲ? ਕੋਈ ਜਵਾਬ ਦੇ ਦਿਆ। ਕਾਹਦਾ? ਉਹ ਮਰੇ ਤੂੰ ਫੜਿਆ ਜੋ ਜਾਣਾ ਸੀ ਤੇ ਦੱਸਿਆ ਨਹੀਂ ਬੇਟਾ, ਜਵਾਬ ਆ ਮੈਨੂੰ ਤੇਰੇ ਵੱਲ। ਅੱਛਾ ਦੱਸ, ਇੱਕ ਕੈਦੀ ਆ, ਉਹਦੇ ਕੋਲ ਇੱਕ ਬੇਲਚਾ ਵਾ, ਅੱਛਾ, ਉਹਨੂੰ ਭੁੱਖ ਬੜੀ ਲੱਗੀ ਹੈ, ਠੀਕ ਆ, ਉਹ ਇੰਡੀਆ ਦੇ ਨਕਸ਼ੇ 'ਚ ਵੀ ਆ, ਉਹਦੇ ਕੋਲ ਉਹ ਜਿਹੜਾ ਪਾਕਿਸਤਾਨ ਦਾ ਸ਼ਹਿਰ ਹੈ ਉਹਦਾ ਫਰਸ਼ ਮਿੱਟੀ ਦਾ। ਜੇਲ੍ਹ ਦਾ ਕਿ ਸ਼ਹਿਰ ਦਾ? ਜੇਲ੍ਹ ਦਾ। ਅੱਛਾ, ਸ਼ਹਿਰ ਨਾ ਕਹੋ। ਤੇ ਕੈਦੀ ਆ ਉਹਨੂੰ ਇੱਕ ਬੰਦਾ ਬੇਲਚਾ ਦਿੰਦਾ, ਉਹ 15 ਦਿਨ ਦਾ ਭੁੱਖਾ ਵਾ। ਬੇਲਚੇ ਵਾਲਾ ਕੈਦੀ ਜਿਹੜਾ ਜੇਲ੍ਹ 'ਚ? ਹਾਂ, ਜੇਲ੍ਹ ਦੇ ਅੰਦਰ ਇੱਕ ਸੁਰਾਖ ਆ ਉਹਦੇ ਕਮਰੇ 'ਚ। ਹਾਂ, ਤੇ ਫਰਸ਼ ਪੱਕਾ ਬੇਲਚੇ, ਫਰਸ਼ ਕੱਚਾ ਵਾ, ਛੱਤ ਤੇ ਇੱਕ ਬੇਲਚਾ ਵਾ, ਸੁਰਾਖ ਆ ਬੇਟਾ, ਸੁਰਾਖ ਆ, ਉਹਦੇ ਹੱਥ 'ਚ ਫਰਸ਼ ਆ। ਠਹਿਰ ਜਾ ਯਾਰ, ਠਹਿਰ ਜਾ। ਅੱਜ ਤਾਂ ਤੂੰ ਮੈਨੂੰ ਫੜਿਆ ਇੱਦਾਂ ਨਹੀਂ ਲੱਗਣਾ, ਦੋ ਚੀਜ਼ਾਂ ਨਾਲ ਹੱਥ ਮਾਰੀ ਜਾ ਤੂੰ। ਇੱਕ ਕੰਮ ਕਰਦੇ ਆ ਨਾ ਦੋਵੇਂ ਭਰਾ, ਤੂੰ ਰਹਿਣ ਦੇ ਭਾਵੇਂ ਮੈਂ ਕੱਟੀ ਜਾਣਾ। ਹਾਂ ਦੱਸ, ਕਿੱਦਾਂ ਉਹ ਨਕਸ਼ੇ ਦੇ ਵਿੱਚ ਕਿੱਦਾਂ ਆਇਆ? ਖਾਬ ਵੇਖਣ ਡਿਆ। ਦੱਸ ਨਾ ਉਹ ਸ਼ਹਿਰ ਕਿੱਦਾਂ, ਨਕਸ਼ੇ 'ਚ ਆ ਕੇ ਬਾਹਰ ਜਾ ਕੇ ਬਾਰਿਸ਼ ਨਾਲ ਕਿੱਦਾਂ ਸੁੱਕਿਆ ਉਹ? ਜੇ ਫਰਸ਼ ਪੁੱਟ ਕੇ ਢੇਰੀ ਲਾਈ ਤਾਂ 2 ਦਿਨਾਂ 'ਚ ਤੂੰ ਮਰ ਜਾਣਾ। ਹਾਂ ਹੈਂ, ਪਰ ਉੱਤੇ ਤਾਂ ਚੜ ਜਾਊਗਾ। ਆਹੋ, ਤਾਂ ਚੜ ਕੇ ਨਿਕਲ ਜੇ। ਕਿੱਦਾਂ ਢੇਰੀ ਲਾ ਕੇ? ਹਾਂ, ਵੈਰੀ ਗੁੱਡ, ਬਹੁਤ ਸਹੀ ਜਵਾਬ ਦਿੱਤਾ ਤੂੰ, ਠੀਕ ਆ। ਚਲੋ ਹੁਣ ਨਿਕਲੀਏ, ਬਹੁਤ ਸ਼ੁਕਰੀਆ। ਲਓ ਸਰ, ਆ 50। ਹੈਂਜੀ, 50? ਕਾਹਦੇ 50? ਜਵਾਬ ਨਹੀਂ ਦਿੱਤਾ। ਜਵਾਬ ਦਿੱਤਾ ਇੱਦਾਂ ਤੇਰੇ ਜਵਾਬ ਦੀ ਵਜ੍ਹਾ ਤੋਂ ਕਿ ਮਤਲਬ ਮੈਂ ਨਬਜ਼ ਚੱਲ ਪਈ ਮੇਰੀ ਜਿਹੜੀ ਰੁਕੀ। ਉਹ ਭਾਈ, ਇਹ ਕਿਹੜਾ ਕੋਈ ਸੀਰਪ ਆ ਜਿਹੜਾ ਕਰ ਰਹੇ ਤੂੰ? ਉਹ ਕਿਹੜਾ ਐਸਾ ਟਾਈਮ ਆ ਜਿਹੜਾ ਮੈਂ ਤੈਨੂੰ ਜਿੰਨੇ ਵਾਰੀ ਵੀ ਕਰਾਂ ਨਾ ਤੂੰ ਉਹਦਾ ਮੁਖਤਲਿਫ ਸਵਾਲ ਕਰਨਾ ਹੈ? ਨਹੀਂ ਜਵਾਬ ਬੇਟਾ, ਤੂੰ ਤੇਰੇ ਹਾਲਾਤ ਆ ਨਾ, ਤੂੰ ਡ੍ਰਿਪ ਲਵਾ। ਚਲੋ, ਅਸਲਾਮ ਵਾਲੇਕੁਮ ਸਰ। ਵਾਲੇਕੁਮ ਸਲਾਮ ਸਰ, ਕੀ ਹਾਲ ਹੈ? ਠੀਕ ਠਾਕ। ਕਿੰਨੇ ਦਰਿਆ ਨੇ ਪਾਕਿਸਤਾਨ 'ਚ? ਇਹ ਮੇਰੇ ਗੱਲ ਨਾਲ ਕੋਈ 56 ਕਿਤੇ ਆਏ ਨੇ? ਮੈਂ ਤਾਸ਼ ਦੇ ਪੱਤੇ ਨਹੀਂ ਪੁੱਛੇ, ਮੈਂ ਦਰਿਆ ਪੁੱਛੇ। ਇਹ 2 ਘੱਟ ਮੇਰੇ ਖਿਆਲ ਨਾਲ 53 ਹੋਣੇ। ਜਵਾਬ ਗਲਤ। ਅੱਛਾ ਜੀ, 4 ਦਰਿਆ ਨੇ, ਮਸ਼ਰਕ, ਮਗਰਬ, ਸ਼ਮਾਲ, ਜਨੂਬ। ਇਹ ਵੀ ਹੋ ਸਕਦਾ ਯਸੂ ਬੰਜੂ ਹਾਰ ਕਬੂਤਰ ਤੇ ਡੋਲੀ ਹੈ। 5 ਹੋ ਗਏ। 5 ਹੋ ਗਏ, ਗੁੱਡ। ਮਸ਼ਰਕ, ਮਗਰਬ, ਸ਼ਮਾਲ, ਜਨੂਬ, ਹਾਰ ਕਬੂਤਰ ਦੇ ਅੱਧੇ। ਇਸ ਟਾਈਮ ਇੱਥੇ ਕੀ ਦੋਵੇਂ ਕਰ ਰਹੇ? ਨਾਨ ਟਿੱਕੀ ਖਾਣੀ ਸੀਗੀ। ਰਾਤ ਨੂੰ ਕੋਈ ਨਸ਼ਾ ਪਾ ਕੇ ਵੇਚਦਾ? ਨਹੀਂ ਨਹੀਂ ਨਹੀਂ, ਉਹ ਚੀਜ਼ ਜ਼ਾਫਰਾਨ ਪਾਈ ਹੁੰਦੀ ਉਹਦੇ ਜ਼ਾਫਰਾਨ। ਲੋਕੇ ਨਾਨ ਟਿੱਕੀ ਖਾਣ ਆਏ ਆ। ਅੱਛਾ, ਮੈਨੂੰ ਇਹ ਦੱਸ, ਕਿਹੜਾ ਐਸਾ ਸਵਾਲ ਆ ਹਾਂ ਜਿਹੜਾ ਮੈਂ ਤੈਨੂੰ ਜਿੰਨੀ ਵਾਰੀ ਵੀ ਕਰਾਂ ਤੂੰ ਉਹਦਾ ਮੈਨੂੰ ਡਿਫਰੈਂਟ ਜਵਾਬ ਦੇਣਾ? ਇਹ ਤੁਸੀਂ ਸਵਾਲ ਇੱਕੋ ਹੀ ਆ। ਇਹ ਤੁਸੀਂ ਮੈਨੂੰ ਪੁੱਛਣਾ? ਉਹ ਸਵਾਲ ਹਾਂ ਮੈਂ ਤੈਨੂੰ ਪੁੱਛਣਾ ਹਾਂ, ਤੈਨੂੰ ਤੂੰ ਕਸਮ ਖਾ ਤੂੰ ਡਿਫਰੈਂਟ ਜਵਾਬ ਦੇਗਾ।
ਮੈਂ ਦਵਾਂਗਾ ਜਵਾਬ। ਲਓ ਜੀ ਨਾਜ਼ਰੀਨ ਗੱਲ ਸੁਣਨਾ, ਮੈਂ ਤੁਹਾਨੂੰ ਜਿਹੜਾ ਸਵਾਲ ਪੁੱਛਿਆ ਤੂੰ ਡਿਫਰੈਂਟ ਜਵਾਬ ਦੇ ਦਵਾਂਗਾ ਜਵਾਬ। ਤੂੰ ਤੈਨੂੰ ਰੱਬ ਦੀ ਕਸਮ ਆ ਤੂੰ ਡਿਫਰੈਂਟ ਜਵਾਬ। ਹਾਂ ਹਾਂ ਦਵਾਂਗੇ ਜਵਾਬ। ਆਪਣੇ ਵਾਲਾ ਸਾਹਿਬ ਦਾ ਨਾਮ ਦੱਸ। ਜ਼ਾਹਦ ਪਰਵੇਜ਼। ਫਿਰ ਆਪਣੇ ਵਾਲਾ ਸਾਹਿਬ ਦਾ ਨਾਮ ਦੱਸ। ਮੀਆਂ ਜ਼ਾਹਦ ਪਰਵੇਜ਼। ਨਹੀਂ ਜ਼ਾਹਦ ਇੱਕੋ ਹੀ ਨਾਮ ਹੈ, ਹੁਣ ਮੁੱਕਰ ਨਾ, ਤੂੰ ਰੱਬ ਦੀ ਕਸਮ ਖਾਦੀ। ਮੀਆਂ ਜ਼ਾਹਦ ਪਰਵੇਜ਼ ਦਾ ਨਾਮ ਦੱਸ। ਮੀਆਂ ਜ਼ਾਹਦ ਪਰਵੇਜ਼ ਵਾਲਾ ਸਾਹਿਬ ਦਾ। ਜ਼ਾਹਦ ਪਰਵੇਜ਼ ਅੱਬੇ ਦਾ। ਚੌਧਰੀ ਜ਼ਾਹਦ ਪਰਵੇਜ਼। ਐ ਤੇ ਤੂੰ ਹੁਣ ਚੌਧਰੀ ਲੱਗੇਗਾ ਵਿੱਚ। ਚੌਧਰੀ ਤੂੰ ਨਾ ਸਿਰਫ ਬਦਨਾਮੀ ਤੋਂ ਫਸ ਗਿਆ। ਲਓ ਜੀ ਬਹੁਤ ਸ਼ੁਕਰੀਆ, ਅੱਲਾ ਤੁਹਾਡਾ ਨਾਨ ਟਿੱਕੀ ਮੈਂ ਭੇਜਾਂ ਕੋਈ? ਹਾਂ ਕੋਸ਼ਿਸ਼ ਕਰਨਾ। ਗੁਲਾਬ ਬਰਗਰ ਸ਼ਰਗਰ ਕੋਈ? ਅੰਡੇ ਵਾਲਾ ਬਰਗਰ। ਅੰਡੇ ਵਾਲਾ ਬਰਗਰ, ਅੰਡੇ ਵਾਲਾ ਬਰਗਰ ਮੈਂ ਭੇਜਦਾ। ਚਲੋ ਮੈਂ ਇੰਤਜ਼ਾਰ ਕਰਦਾ। ਇੱਥੇ ਹੀ ਇੱਥੇ ਲੈ ਮੈਂ ਭੇਜਦਾ। ਓਕੇ ਹੋ ਗਿਆ। ਹੋਰ ਡਰਾਉਂਦੇ ਕਿਸੇ ਨੂੰ? ਆ ਜਾਓ। ਉਹ ਪੈਣ ਗੱਲ ਸੁਣੋ, ਪੈਣਾ ਨਾ ਮਜ਼ਾਕ ਲੱਗਾ ਸੀ। ਪੈਣਾ ਇੱਕ ਕੈਦੀ ਜੇਲ ਚ ਡਰੋਣ ਵਾਲਾ ਨੀ ਕੰਮ ਸਹੀ। ਆ ਲੱਤਾਂ ਘੁੱਟ ਹਾਏ। ਇੱਕ ਕੈਦੀ ਆ ਜੇਲ ਚ ਘੁੱਟ ਹੈ। ਪਤਾ ਨੀ ਮੈਂ ਕਿੰਨੀ ਮਿਹਨਤ ਕਰ ਰਹਾ ਹੂੰ, ਮੈਂ ਹੱਸ ਰਿਹਾ ਅੱਗੋਂ। ਲੈ ਫਿਰ ਮੈਂ ਕਦੀ ਕਿਸੇ ਨੂੰ ਪੈਸੇ ਦਿੱਤੇ ਨਹੀਂ। ਇੱਧਰ ਆ। ਮੈਂ ਜ਼ਿੰਦਗੀ 'ਚ ਕਦੀ ਕਿਸੇ ਨੂੰ ਪੈਸੇ ਦਿੱਤੇ ਨਹੀਂ, ਪਰ ਨਾ ਮੈਨੂੰ ਕਦੀ ਤਰਸ ਆਇਆ ਜਲਦੀ। ਲੇਕਿਨ ਤੂੰ ਮੈਨੂੰ ਕੁੱਟਿਆ ਇਸ ਤੋਂ। ਆ ਲੈ, ਜਦੋਂ ਵੀ ਆਲੂ ਛੋਲੇ ਲਵੇ ਨਾ ਇਹਦੇ ਨਾਲ ਖਾਣੇ ਆ।